ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ ਇਰੂਡਾਈ ਨਿਊਟ੍ਰੀਸ਼ਨ ਤੋਂ, ਤੇ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ। ਇਹ ਇੱਕ ਬਹੁਤ ਲੰਬਾ ਟੌਪਿਕ ਆ, ਸੋ ਸਾਰਾ ਟੌਪਿਕ ਜਿਹੜਾ ਆ ਉਹ ਇੱਕ ਵੀਡੀਓ ਦੇ ਵਿੱਚ ਆਪਾਂ ਡਿਸਕਸ ਨਹੀਂ ਕਰਾਂਗੇ, ਲੇਕਿਨ ਤੁਹਾਨੂੰ ਇਹ ਚੀਜ਼ ਮੈਂ ਦੱਸ ਦਵਾਂ ਵੀ ਪਹਿਲੇ ਆਪਾਂ ਇਸ ਚੈਨਲ ਦੇ ਉੱਪਰ ਬਹੁਤ ਸਾਰਾ ਕੰਮ ਜਿਹੜਾ ਬਹੁਤ ਸਾਰਾ ਵੀਡੀਓ ਕੰਟੈਂਟ ਤੇ ਬਹੁਤ ਸਾਰੀ ਨੌਲੇਜ ਸ਼ੇਅਰ ਕੀਤੀ ਹੈ ਡਾਇਬਟੀਜ਼ ਦੇ ਬਾਰੇ, ਸ਼ੂਗਰ ਦੇ ਰੋਗ ਬਾਰੇ, ਲੇਕਿਨ ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਕਾਰਡੀਓਵੈਸਕੁਲਰ ਡਿਜ਼ੀਜ਼ਸ, ਯਾਨੀ ਕਿ ਹਾਰਟ ਦੇ ਨਾਲ ਸੰਬੰਧਿਤ, ਦਿਲ ਦੇ ਨਾਲ ਸੰਬੰਧਿਤ ਜਿਹੜੇ ਰੋਗ ਆ ਉਹਨਾਂ ਦੇ ਬਾਰੇ। ਸੋ ਜਿਵੇਂ ਪਿਛਲੀ ਵੀਡੀਓਸ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਬਹੁਤ ਡਿਟੇਲ ਦੇ ਵਿੱਚ ਜਾ ਕੇ ਸ਼ੂਗਰ ਦੀ ਪ੍ਰੋਬਲਮ ਬਾਰੇ ਜਿਹੜੀ ਹੈ ਗੱਲ ਕੀਤੀ ਸੀਗੀ, ਜਿਹਦੇ ਵਿੱਚ ਅਸੀਂ ਸਾਰੇ ਖਾਣੇ ਦੇ ਗਰੁੱਪਾਂ ਦਾ ਡਿਸਕਸ਼ਨ ਕੀਤਾ ਸੀਗਾ, ਕਿੱਥੇ ਤੁਹਾਡਾ ਡਾਕਟਰ ਤੁਹਾਡੀ ਮਦਦ ਨਹੀਂ ਕਰ ਪਾ ਰਿਹਾ ਆ ਅਤੇ ਕਿੱਥੇ ਉਹ ਤੁਹਾਨੂੰ ਮੈਡੀਸਨ ਕਿਸ ਤਰੀਕੇ ਨਾਲ ਦੇ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਇਸੇ ਤਰੀਕੇ ਨਾਲ ਹੀ ਅਸੀਂ ਹੁਣ ਹਾਰਟ ਡਿਜ਼ੀਜ਼ਸ ਦੀ ਗੱਲ ਕਰਾਂਗੇ। ਸੋ ਪਹਿਲੀ ਮੈਂ ਤੁਹਾਨੂੰ ਰਿਕੁਐਸਟ ਇਹ ਕਰਦੇ ਹਾਂ ਕਿ ਸਾਡੀ ਜਿਹੜੀ ਡਾਇਬਟੀਜ਼ ਵਾਲੀ ਜਿਹੜੀ ਪਲੇਲਿਸਟ ਆ ਯੂਟਿਊਬ ਦੇ ਉੱਪਰ ਪੂਰੀ ਸੇਵਡ ਆ। ਸੋ ਅਗਰ ਤੁਸੀਂ ਯੂਟਿਊਬ ਉੱਪਰ ਮੇਰਾ ਚੈਨਲ ਜਿਹੜਾ ਆ ਉਹ ਫੋਲੋ ਨਹੀਂ ਕਰਦੇ, ਸਬਸਕ੍ਰਾਈਬ ਨਹੀਂ ਕਰਦੇ, ਤਾਂ ਉਹਨੂੰ ਪਲੀਜ਼ ਕਰੋ। ਫੇਸਬੁੱਕ, ਇੰਸਟਾਗ੍ਰਾਮ ਦੇ ਉੱਪਰ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਇਰੂਡਾਈਟ ਨਿਊਟ੍ਰੀਸ਼ਨ 'ਤੇ। ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਵੀਡੀਓਜ਼ ਤੋਂ ਫਾਇਦਾ ਲੈ ਰਹੇ ਆ, ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਵੀਡੀਓਜ਼ ਦੇ ਟੱਚ ਵਿੱਚ ਆ, ਜਿਸ ਵੀ ਪਲੈਟਫਾਰਮ 'ਤੇ ਉਹ ਕੰਫਰਟੇਬਲ ਆ, ਐਂਡ ਬਹੁਤ ਅੱਛਾ ਰਿਸਪੋਂਸ ਜਿਹੜਾ ਆ ਲੋਕਾਂ ਨੂੰ ਵੀ, ਪਲੱਸ ਮੈਨੂੰ ਵੀ ਫੀਡਬੈਕ ਮਿਲ ਰਿਹਾ ਆ ਉਹਨਾਂ ਵੀਡੀਓਜ਼ ਦੇ ਉੱਪਰ। ਸੋ ਅਗਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ, 2 ਘੰਟੇ ਦਾ ਟਾਈਮ ਸਿਰਫ ਤੁਹਾਨੂੰ ਲੱਗੇਗਾ, 2 ਘੰਟੇ ਲਗਾ ਕੇ ਅਗਰ ਤੁਸੀਂ ਉਹ ਵੀਡੀਓਜ਼ ਦੇਖ ਲੈਂਦੇ ਹੋ ਤੇ ਤੁਹਾਨੂੰ ਇੱਕ ਆਮ ਡਾਕਟਰ ਨਾਲੋਂ ਵੀ ਜ਼ਿਆਦਾ ਜਾਣਕਾਰੀ ਜਿਹੜੀ ਹੈ ਉਹ ਡਾਇਬਟੀਜ਼ ਬਾਰੇ ਹੋ ਸਕਦੀ ਹੈ, ਜਾਂ ਕਹਿ ਲਓ ਵੀ ਉਸ ਡਾਕਟਰ ਨੇ ਵੀ ਕਦੀ ਤੁਹਾਨੂੰ ਇੰਨੀ ਜਾਣਕਾਰੀ ਨਹੀਂ ਦਿੱਤੀ ਹੋਏਗੀ ਜਿੰਨੀ ਉਹਨਾਂ 2 ਘੰਟਿਆਂ ਦੇ ਵਿੱਚ ਤੁਹਾਨੂੰ ਵੀਡੀਓਜ਼ ਦੇ ਰਾਹੀਂ ਮਿਲ ਜਾਣੀ ਹੈ। ਠੀਕ ਹੈ ਜੀ। ਸੋ ਇਰੂਡਾਈ ਨਿਊਟ੍ਰੀਸ਼ਨ ਇੱਕ ਬਾਇਲਿੰਗੁਅਲ ਪਲੈਟਫਾਰਮ ਆ, ਯਾਨੀ ਕਿ ਅਸੀਂ 2 ਭਾਸ਼ਾਵਾਂ ਦੇ ਵਿੱਚ ਕੰਮ ਕਰ ਸਕਦੇ ਹਾਂ। ਅਸੀਂ ਇੰਗਲਿਸ਼ ਦੇ ਵਿੱਚ ਵੀ ਕੰਟੈਂਟ ਬਣਾਉਂਦੇ ਹਾਂ ਅਤੇ ਅਸੀਂ ਪੰਜਾਬੀ 'ਚ ਵੀ ਬਣਾਉਂਦੇ ਹਾਂ। ਸੋ ਜਿਹੜੀ ਵੀ ਭਾਸ਼ਾ 'ਚ ਤੁਸੀਂ ਕੰਫਰਟੇਬਲ ਹੈਗੇ ਆ ਤੁਸੀਂ ਵੀਡੀਓਜ਼ ਨੂੰ ਦੇਖ ਸਕਦੇ ਹਾਂ। ਅਗਰ ਤੁਹਾਡਾ ਕੋਈ ਨੋਨ ਡਾਇਬਟਿਕ ਹੈ ਜਿਹਨੂੰ ਸ਼ੂਗਰ ਦੀ ਪ੍ਰੋਬਲਮ ਹੈ, ਪਲੀਜ਼ ਉਹਨੂੰ ਇਸ ਵੀਡੀਓਜ਼ ਦੇ ਲਿੰਕ ਜਿਹੜੇ ਆ ਮੇਰੇ ਯੂਟਿਊਬ ਚੈਨਲ ਦੇ ਉਹ ਤੁਸੀਂ ਸੈਂਡ ਕਰ ਸਕਦੇ ਹਾਂ, ਉਹਦੇ ਲਈ ਬਹੁਤ ਹੀ ਮਦਦਗਾਰ ਇਹ ਹੋਏਗਾ ਅਤੇ ਥੋੜ੍ਹੀ ਬਹੁਤ ਹੈਲਪ ਜਿਹੜੀ ਹੈ ਉਹ ਮੇਰੀ ਵੀ ਹੋ ਜਾਏਗੀ, ਕਿਉਂਕਿ ਤੁਸੀਂ ਮੇਰਾ ਜਿਹੜਾ ਮੇਰਾ ਸੰਕਲਪ ਆ ਲੋਕਾਂ ਦੇ ਵਿੱਚ ਜਿਹੜੀ ਜਾਗਰੂਕਤਾ ਪੈਦਾ ਕਰਨ ਦਾ ਉਹਨੂੰ ਤੁਸੀਂ ਪੂਰਾ ਕਰੋਗੇ, ਉਹਦੇ ਵਿੱਚ ਮੇਰੀ ਮਦਦ ਕਰੋਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਮੈਂ ਐਡਵਾਂਸ ਦੇ ਵਿੱਚ ਕਰ ਦਿੰਦਾ। ਸੋ ਹੁਣ ਵਾਪਸ ਆ ਜਾਈਏ ਕਾਰਡੀਓਵੈਸਕੁਲਰ ਡਿਜ਼ੀਜ਼ਸ, ਯਾਨੀ ਕਿ ਦਿਲ ਦੇ ਨਾਲ ਜੁੜੀਆਂ ਹੋਈਆਂ ਅਤੇ ਸਾਡੀਆਂ ਨਾੜਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਬਿਮਾਰੀਆਂ ਆ ਉਹਨਾਂ ਦੇ ਬਾਰੇ। ਵੀਡੀਓ ਸ਼ੁਰੂ ਕਰਨ ਦੇ ਨਾਲ ਮੈਂ ਤੁਹਾਨੂੰ ਕੁਝ ਫੈਕਟ ਦੱਸਣੇ ਚਾਹੁੰਦਾ ਹਾਂ, ਬੜੀਆਂ ਇੰਟਰਸਟਿੰਗ ਚੀਜ਼ਾਂ ਆ ਜਿਹੜੀਆਂ ਸਾਡੇ ਜਾਣਕਾਰੀ 'ਚ ਹੋਣਾ ਬਹੁਤ ਜ਼ਰੂਰੀ ਆ। ਕਾਰਡੀਓਵੈਸਕੁਲਰ ਡਿਜ਼ੀਜ਼ਸ ਪੂਰੇ ਇੰਡੀਆ ਦੇ ਵਿੱਚ ਲਗਭਗ 1/4 ਮੌਤਾਂ ਜਿਹੜੀਆਂ ਨੇ ਉਹ ਕਾਰਡੀਓਵੈਸਕੁਲਰ ਡਿਜ਼ੀਜ਼ਸ ਦੇ ਕਰਕੇ ਹੁੰਦੀਆਂ, ਯਾਨੀ ਕਿ ਦਿਲ ਦੇ ਰੋਗਾਂ ਦੇ ਕਰਕੇ ਹੋ ਰਹੀਆਂ ਆ। ਇਹਨਾਂ 1/4 ਦੇ ਵਿੱਚੋਂ 80% ਮੌਤਾਂ ਜਿਹੜੀਆਂ ਆ ਉਹ ਇਸਕੀਮੀਆ ਹਾਰਟ ਡਿਜ਼ੀਜ਼ ਜਾਂ ਸਟ੍ਰੋਕ। ਇਸਕੀਮੀਆ ਹਾਰਟ ਡਿਜ਼ੀਜ਼ ਦਾ ਮਤਲਬ ਹੈ ਕਿ ਜਿਹੜੀਆਂ ਸਾਡੀਆਂ ਦਿਲ ਦੀਆਂ ਨਾੜਾਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਬਲੋਕੇਜ ਆ, ਜਿਹਦੇ ਕਰਕੇ ਦਿਲ ਨੂੰ ਅਤੇ ਦਿਲ ਦੇ ਕੁਝ ਹਿੱਸੇ ਨੂੰ ਸਹੀ ਤਰੀਕੇ ਨਾਲ ਖੂਨ ਅਤੇ ਆਕਸੀਜਨ ਦੀ ਸਪਲਾਈ ਨਹੀਂ ਮਿਲਦੀ ਪਈ, ਜਿਹਦੇ ਕਰਕੇ ਉਹ ਟਿਸ਼ੂ ਜਿਹੜਾ ਹੈ ਉਹ ਦਿਲ ਜਿਹੜਾ ਉਸ ਹਿੱਸੇ ਤੋਂ ਜਿਹੜੇ ਟਿਸ਼ੂ ਉਹ ਖਰਾਬ ਹੋਣੇ ਸ਼ੁਰੂ ਹੋ ਗਏ ਆ ਅਤੇ ਸਾਨੂੰ ਹਾਰਟ ਅਟੈਕ ਦੀ ਪ੍ਰੋਬਲਮ ਵੀ ਉਹਦੇ ਨਾਲ ਆਉਂਦੀ ਆ। ਸਟ੍ਰੋਕ ਅਸੀਂ ਕਹਿੰਦੇ ਹਾਂ ਜਦੋਂ ਇਹ ਪ੍ਰੋਬਲਮ ਅਗਰ ਸਾਡੀ ਬ੍ਰੇਨ ਦੀ ਨਾੜੀ ਦੇ ਵਿੱਚ ਹੋਵੇ, ਵੀ ਅਗਰ ਬ੍ਰੇਨ ਦੇ ਕਿਸੇ ਹਿੱਸੇ ਨੂੰ ਠੀਕ ਤਰੀਕੇ ਦੇ ਨਾਲ ਬਲੱਡ ਨਹੀਂ ਪਹੁੰਚ ਰਿਹਾ ਅਤੇ ਫਿਰ ਸਾਨੂੰ ਬ੍ਰੇਨ ਦਾ ਅਟੈਕ ਯਾਨੀ ਕਿ ਸਟ੍ਰੋਕ ਜਿਹੜਾ ਆ ਉਹ ਹੋ ਸਕਦਾ ਆ। ਸੋ ਅਗਰ ਆਪਾਂ ਧਿਆਨ ਨਾਲ ਸੋਚ ਕੇ ਦੇਖੀਏ ਤਾਂ ਇਹਨਾਂ ਬਿਮਾਰੀਆਂ ਦਾ ਅਸਲ 'ਚ ਕਾਰਨ ਕੀ ਆ? ਸਾਰਿਆਂ ਨੂੰ ਤਾਂ ਹਾਰਟ ਦੀਆਂ ਬਿਮਾਰੀਆਂ ਨਹੀਂ ਨਾ ਲੱਗਦੀਆਂ। ਸੋ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਕਾਰਨ ਆ ਉਹ ਮੇਨ 2 ਚੀਜ਼ਾਂ ਦੇ ਨਾਲ ਜੁੜਿਆ ਹੋਇਆ ਆ। ਪਹਿਲੀ ਚੀਜ਼ ਹੈਗੀ ਹੈ ਤੁਹਾਡਾ ਖਾਣ ਪਾਣ, ਅਤੇ ਦੂਸਰਾ ਹੈਗਾ ਤੁਹਾਡੀ ਜੀਵਨ ਸ਼ੈਲੀ ਯਾਨੀ ਕਿ ਤੁਹਾਡਾ ਲਾਈਫ ਸਟਾਈਲ ਅਤੇ ਤੁਹਾਡੀ ਡਾਇਟ। ਜੇ ਤੁਹਾਡੀ ਡਾਇਟ ਠੀਕ ਨਹੀਂ ਹੈਗੀ ਜਾਂ ਤੁਹਾਡਾ ਲਾਈਫ ਸਟਾਈਲ ਠੀਕ ਨਹੀਂ ਹੈਗਾ, ਤੁਸੀਂ ਇਹਨਾਂ ਬਿਮਾਰੀਆਂ ਦੇ ਰਿਸਕ ਦੇ ਵਿੱਚ ਜ਼ਿਆਦਾ ਆਉਂਦੇ ਹੋ। ਠੀਕ ਹੈ, ਅਗਲੇਰੀਆਂ ਵੀਡੀਓਜ਼ ਦੇ ਵਿੱਚ ਅਸੀਂ ਸ਼ੇਅਰ ਕਰਾਂਗੇ ਵੀ ਹਾਰਟ ਦੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁੰਦੀਆਂ, ਵੀ ਕਾਰਡੀਓਵੈਸਕੁਲਰ ਡਿਜ਼ੀਜ਼ ਇੱਕ ਬਹੁਤ ਵੱਡਾ ਟੌਪਿਕ ਆ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਆਉਂਦੀਆਂ ਆ। ਕੁਝ ਬਿਮਾਰੀਆਂ ਐਸੀਆਂ ਜਿਨ੍ਹਾਂ 'ਚ ਹਾਰਟ ਦੀਆਂ ਨਾੜਾਂ ਜਿਹੜੀਆਂ ਆ ਉਹ ਹਾਰਡ ਹੋ ਰਹੀਆਂ, ਸਖਤ ਹੋ ਰਹੀਆਂ, ਉਹਨਾਂ 'ਚ ਕੈਲਸ਼ੀਅਮ ਜੰਮ ਰਿਹਾ, ਕਿਸੇ ਦੇ ਵਿੱਚ ਪਲਾਕ ਜੰਮ ਰਿਹਾ ਜਾਂ ਚਰਬੀ ਜੰਮ ਰਹੀ ਹੈ ਜਾਂ ਗੰਦਗੀ ਜੰਮ ਰਹੀ ਹੈ ਜਿਹਦੇ ਕਰਕੇ ਉਹ ਬਲੋਕ ਹੋ ਰਹੀਆਂ, ਕਿਸੇ 'ਚ ਵਾਲਵ ਦੀ ਪ੍ਰੋਬਲਮ, ਅਤੇ ਕੁਝ ਬਿਮਾਰੀਆਂ ਇੱਦਾਂ ਦੀਆਂ ਆ ਜਿਹੜੀਆਂ ਬਚਪਨ ਤੋਂ ਹੀ ਪੈਦਾਇਸ਼ੀ ਤੌਰ 'ਤੇ ਜਿਹਨਾਂ ਨੂੰ ਅਸੀਂ ਕੰਜੀਨੈਂਟਲ ਹਾਰਟ ਡਿਜ਼ੀਜ਼ ਕਹਿ ਦਿੰਦੇ ਹਾਂ, ਪੈਦਾਇਸ਼ੀ ਬਿਮਾਰੀਆਂ ਹਾਰਟ ਦੀਆਂ। ਸੋ ਇਹਨਾਂ ਸਾਰਿਆਂ ਬਾਰੇ ਅਸੀਂ ਡਿਟੇਲ ਦੇ ਵਿੱਚ ਜਾਣਕਾਰੀ ਅਗਲੇਰੀ ਵੀਡੀਓਜ਼ ਦੇ ਵਿੱਚ ਲੈਣੀ ਆ। ਅਗਲਾ ਫੈਕਟ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਜੋ ਕਾਰਡੀਓਵੈਸਕੁਲਰ ਹਾਰਟ ਦੀਆਂ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਉਹ ਕਾਫੀ ਹੋਰ ਦੇਸ਼ਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀਆਂ ਫੈਲ ਰਹੀਆਂ ਆ, ਲੇਕਿਨ ਜੋ ਗਲੋਬਲ ਐਵਰੇਜ ਆ, ਜੋ ਦੁਨੀਆ ਦੀ ਐਵਰੇਜ ਜੋ ਪੱਧਰ ਚੱਲਦਾ ਪਿਆ ਆ, ਇੰਡੀਆ ਦੇ ਵਿੱਚ ਉਸ ਐਵਰੇਜ ਪੱਧਰ ਨਾਲੋਂ ਵੱਧ ਜਿਹੜੀ ਹੈ ਉਹ ਹਾਰਟ ਦੀ
ਦੁਨੀਆ ਦੀ ਐਵਰੇਜ ਕਹਿੰਦੀ ਹੈ ਵੀ 1 ਲੱਖ ਬੰਦੇ ਪਿੱਛੇ 235 ਜਣਿਆਂ ਨੂੰ ਜਿਹੜਾ ਆ 235 ਵਿਅਕਤੀਆਂ ਨੂੰ ਦਿਲ ਦੇ ਰੋਗ ਜਿਹੜੇ ਆ ਹਾਰਟ ਦੀਆਂ ਬਿਮਾਰੀਆਂ ਜਿਹੜੀਆਂ ਆ ਉਹ ਲੱਗਦੀਆਂ ਨੇ ਐਵਰੇਜ। ਲੇਕਿਨ ਇੰਡੀਆ ਦੇ ਵਿੱਚ ਇਹ ਐਵਰੇਜ ਜਿਹੜੀ ਆ ਤਕਰੀਬਨ 286 ਆ, ਯਾਨੀ ਕਿ ਲਗਭਗ 40 ਲੋਕ ਲੱਖ ਪਿੱਛੇ, 1 ਲੱਖ ਬੰਦੇ ਪਿੱਛੇ 40 ਬੰਦੇ ਇੰਡੀਆ ਦੇ ਵਿੱਚ ਕਾਰਡੀਓਵੈਸਕੁਲਰ ਡਿਜ਼ੀਜ਼ ਦਾ ਸ਼ਿਕਾਰ ਆਮ ਬਾਹਰਲੀ ਦੁਨੀਆ ਗਲੋਬਲ ਨਾਲੋਂ ਜ਼ਿਆਦਾ ਹੋ ਰਹੇ ਆ, ਠੀਕ ਹੈ। ਸੋ ਸਾਡੇ ਇੰਡੀਆ 'ਚ ਇਸ ਬਿਮਾਰੀ ਦੀ ਜਿਹੜੀ ਤੀਬਰਤਾ, ਜਿਹੜੀ ਸਪੀਡ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ ਅਤੇ ਸਾਨੂੰ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਇਸ ਚੀਜ਼ ਦਾ। ਇਸੇ ਨਾਲ ਜੁੜੀ ਹੋਈ ਇੱਕ ਹੋਰ ਇੰਟਰਸਟਿੰਗ ਚੀਜ਼ ਇਹ ਹੈਗੀ ਆ ਕਿ ਭਾਰਤ ਦੇ ਜੋ ਲੋਕ ਕਾਰਡੀਓਵੈਸਕੁਲਰ ਡਿਜ਼ੀਜ਼ ਜੋ ਦਿਲ ਦੇ ਰੋਗਾਂ ਦੇ ਨਾਲ ਜਿਹੜੇ ਜੂਝ ਰਹੇ ਉਹ ਪਲੱਸ ਯੂਰਪ ਕੰਟਰੀਜ਼ ਦੇ ਵਿੱਚ, ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਿਹੜੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ, ਅਗਰ ਉਹਨਾਂ ਦੀ ਤੁਸੀਂ ਉਮਰ ਦਾ ਐਵਰੇਜ ਕੱਢੋ, ਠੀਕ ਹੈ, ਉਹਦੇ ਵਿੱਚ ਵੀ ਭਾਰਤ ਜਿਹੜਾ ਆ ਯੂਰਪ ਦੀਆਂ ਕੰਟਰੀਆਂ ਨਾਲੋਂ ਪਿੱਛੇ ਚੱਲਦਾ ਪਿਆ। ਯਾਨੀ ਕਿ ਅਗਰ ਕਿਸੇ ਨੂੰ ਦਿਲ ਦਾ ਰੋਗ ਹੈ, ਐਵਰੇਜ ਉਹਦੀ ਉਮਰ 70 ਵਰਸ਼ ਦੇ ਕਰੀਬ ਹੈਗੀ ਆ ਯੂਰੋਪੀਅਨ ਦੇਸ਼ਾਂ 'ਚ, ਯਾਨੀ ਕਿ ਉਹ ਬੰਦਾ ਤਕਰੀਬਨ ਐਟ ਐਵਰੇਜ ਜਿਹੜਾ 70 ਸਾਲ ਦੀ ਉਮਰ ਭੋਗਦਾ ਆ, ਉਸ ਤੋਂ ਬਾਅਦ ਦਿਲ ਦੀ ਬਿਮਾਰੀ ਦੇ ਕਾਰਨ ਜਿਹੜਾ ਆ ਉਹਦੀ ਮੌਤ ਹੋ ਜਾਂਦੀ। ਲੇਕਿਨ ਇੰਡੀਆ ਦੇ ਵਿੱਚ ਇਹ ਐਵਰੇਜ ਜਿਹੜੀ ਆ ਉਹ ਹੈਗੀ ਆ 52 ਸਾਲ। ਸੋ ਇੱਕ ਤਾਂ ਸਾਡੀ ਜਿਹੜੀ ਬਿਮਾਰੀ ਲੱਗਣ ਦੀ ਜਿਹੜੀ ਸਪੀਡ ਆ ਉਹ ਜਿਹੜੀ ਆ ਉਹ ਗਲੋਬਲ ਐਵਰੇਜ ਨਾਲੋਂ ਜ਼ਿਆਦਾ, ਦੂਜਾ ਯੂਰਪ ਕੰਟਰੀਜ਼ ਦੇ ਜਿਹੜੇ ਦਿਲ ਦੇ ਰੋਗੀ ਦੇ ਜਿਹੜੇ ਮਰੀਜ਼ ਨੇ ਉਹਨਾਂ ਦੇ ਮੁਕਾਬਲੇ ਸਾਡੀ ਉਮਰ 18 ਸਾਲ ਐਵਰੇਜ ਜਿਹੜੀ ਹੈ ਉਹ ਘੱਟ ਆ। ਸੋ ਕਿਤੇ ਨਾ ਕਿਤੇ ਜਿਹੜਾ ਆ ਵੀ ਸਾਡੇ ਕੋਲ ਜਾਗਰੂਕਤਾ ਦੀ ਕਮੀ ਆ, ਨਹੀਂ ਤਾਂ ਹਸਪਤਾਲ ਬਹੁਤ ਆ, ਹਸਪਤਾਲ ਹੁਣ ਬਹੁਤ ਹੋ ਗਏ, ਕੋਈ ਏਰੀਆ ਹੋਊਗਾ ਜਿੱਥੇ ਹਸਪਤਾਲ ਨਾ ਹੋਣਗੇ, ਨਹੀਂ ਤਾਂ ਤਕਰੀਬਨ ਹਰ ਵਿਅਕਤੀ ਨੂੰ ਜਿਹੜਾ ਆ ਇੱਕ ਵਧੀਆ ਸੁਪਰ ਸਪੈਸ਼ਲਿਟੀ ਹੋਸਪਿਟਲ ਆਪਣੇ ਸ਼ਹਿਰ ਦੇ ਵਿੱਚ ਜਾਂ ਆਪਣੇ ਨਾਲ ਦੇ ਸ਼ਹਿਰ ਦੇ ਵਿੱਚ ਜਾਂ ਥੋੜ੍ਹਾ ਬਹੁਤ ਟਰੈਵਲ ਕਰਕੇ ਉਹਨੂੰ ਜ਼ਰੂਰ ਸਹੂਲਤ ਉਹ ਮਿਲ ਜਾਂਦੀ ਹੈ। ਪੰਜਾਬ ਦੇ ਵਿੱਚ ਤਾਂ ਕੋਈ ਕਮੀ ਨਹੀਂ ਹੈਗੀ ਹੋਸਪਿਟਲਾਂ ਦੀ, ਲੇਕਿਨ ਫਿਰ ਵੀ ਜਿਹੜਾ ਆ ਸਾਡੇ ਲੋਕ ਜਿਹੜੇ ਆ ਇਸ ਬਿਮਾਰੀ ਦਾ ਸ਼ਿਕਾਰ ਵੀ ਹੋ ਰਹੇ ਆ ਅਤੇ ਇਸ ਬਿਮਾਰੀ ਦੇ ਨਾਲ ਮਰ ਵੀ ਰਹੇ ਆ। ਸੋ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੰਨੀ ਕੁ ਜਾਣਕਾਰੀ ਦੇ ਸਕਦਾ ਹਾਂ, ਲੇਕਿਨ ਹਾਂ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਖੁੱਲ੍ਹ ਕੇ ਦਿਲ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਲਵਾਂਗੇ ਅਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਦਿਲ ਦੀਆਂ ਬਿਮਾਰੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ, ਹੋਸਪਿਟਲ ਅਤੇ ਡਾਕਟਰ ਤੁਹਾਡੇ ਦਿਲ ਦੀ ਬਿਮਾਰੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ, ਹੋਸਪਿਟਲ ਦੇ ਵਿੱਚ ਅਗਰ ਤੁਸੀਂ ਜਾਂਦੇ ਤਾਂ ਤੁਹਾਨੂੰ ਕਿਹੜੇ ਕਿਹੜੇ ਟ੍ਰੀਟਮੈਂਟ ਜਿਹੜੇ ਆ ਡਾਕਟਰ ਜਾਂ ਹੋਸਪਿਟਲ ਜਿਹੜਾ ਆ ਉਹ ਅਲਾਊ ਕਰਦਾ ਆ ਉਹ ਤੁਹਾਨੂੰ ਦੇ ਸਕਦਾ। ਫਾਰਮਾਸੂਟੀਕਲ ਕੰਪਨੀ ਯਾਨੀ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੁਹਾਡੀ ਇਸ ਹਾਰਟ ਦੀ ਕੰਡੀਸ਼ਨ ਨੂੰ ਕਿਸ ਤਰੀਕੇ ਨਾਲ ਦੇਖਦੀਆਂ ਆ, ਕੀ ਉਹ ਐਸੀਆਂ ਦਵਾਈਆਂ ਬਣਾ ਰਹੇ ਆ ਜੋ ਤੁਹਾਨੂੰ ਵਾਕਈ ਹੀ ਫਾਇਦਾ ਕਰਦੀਆਂ ਆ ਜਾਂ ਸਿਰਫ ਉੱਪਰਲੇ ਲੱਛਣਾਂ ਦੇ ਉੱਤੇ ਕੰਮ ਕਰ ਰਹੀਆਂ। ਸੋ ਇਹਦੇ ਬਾਰੇ ਵੀ ਆਪਾਂ ਜਿਹੜਾ ਆ ਡਿਟੇਲ ਦੇ ਵਿੱਚ ਜਾ ਕੇ ਚਰਚਾ ਕਰਾਂਗੇ। ਇਸ ਤੋਂ ਬਾਅਦ ਜਿਵੇਂ ਡਾਇਬਟੀਜ਼ ਵਾਲੀ ਵੀਡੀਓ 'ਚ ਆਪਾਂ ਕੀਤਾ ਸੀ ਕਿ ਇਕੱਲੇ ਇਕੱਲੇ ਫੂਡ ਗਰੁੱਪ ਦੇ ਲੈ ਕੇ ਆਪਾਂ ਉਹਨੂੰ ਡਿਸਕਸ ਕੀਤਾ, ਇਕੱਲੇ ਇਕੱਲੇ ਫੂਡ ਗਰੁੱਪ ਨੂੰ ਆਪਾਂ ਸਮਝਿਆ ਕਿ ਉਹ 'ਚ ਕਿਹੜੀ ਚੀਜ਼ ਵੱਧ ਆ ਕਿਹੜੀ ਘੱਟ ਆ ਅਤੇ ਉਹ ਸਾਡੀ ਬੋਡੀ 'ਚ ਕਿੱਦਾਂ ਹਜ਼ਮ ਹੁੰਦੀ ਹੈ ਜਾ ਕੇ। ਇਸ ਵੀਡੀਓਜ਼ ਨੂੰ ਵੀ ਕਾਰਡੀਓਵੈਸਕੁਲਰ ਡਿਜ਼ੀਜ਼, ਹਾਰਟ ਦੀਆਂ ਡਿਜ਼ੀਜ਼ ਨੂੰ ਵੀ ਅਸੀਂ ਇਸੇ ਤਰੀਕੇ ਨਾਲ ਲੈ ਕੇ ਚੱਲਣਾ ਆ, ਠੀਕ ਹੈ। ਇਕੱਲੇ ਇਕੱਲੇ ਗਰੁੱਪ ਦੇ ਉੱਪਰ ਆਪਾਂ ਵਿਚਾਰ ਕਰਾਂਗੇ ਬੈਠ ਕੇ ਵੀ ਕਿਹੜੀ ਚੀਜ਼ ਸਾਨੂੰ ਬੰਦ ਕਰਨੀ ਚਾਹੀਦੀ ਹੈ ਅਤੇ ਕਿਹੜੀ ਚੀਜ਼ ਸਾਨੂੰ ਜਿਹੜੀ ਆ ਉਹ ਜ਼ਿਆਦਾ ਖਾਣੀ ਚਾਹੀਦੀ ਹੈ, ਠੀਕ ਹੈ। ਇਸ ਤੋਂ ਬਾਅਦ ਅਸੀਂ ਜਿਹੜੇ ਸਾਡੇ ਲਿਪਿਡ ਪ੍ਰੋਫਾਈਲ ਦੇ ਟੈਸਟ ਆਮ ਤੌਰ 'ਤੇ ਹੋਸਪਿਟਲਾਂ 'ਚ ਕੀਤੇ ਜਾਂਦੇ ਆ, ਲਿਪਿਡ ਪ੍ਰੋਫਾਈਲ ਦੇ ਟੈਸਟ ਬਾਰੇ ਵੀ ਅਸੀਂ ਪੂਰੀ ਡਿਸਕਸ਼ਨ ਕਰਾਂਗੇ ਵੀ ਕਿਹੜੇ ਕਿਹੜੇ ਲਿਪਿਡ ਪ੍ਰੋਫਾਈਲ ਦੇ ਵਿੱਚ ਟੈਸਟ ਹੁੰਦੇ ਆ, ਉਹਨਾਂ 'ਚ ਕੀ ਸਾਨੂੰ ਪਤਾ ਲੱਗਦਾ ਆ, ਟ੍ਰਾਈਗਲਿਸਰਾਈਡ ਕੀ ਹੁੰਦੇ ਆ ਅਤੇ LDL, HDL, VLDL ਇਹ ਚੀਜ਼ਾਂ ਕੀ ਹੁੰਦੀਆਂ ਆ। ਕੋਲੈਸਟਰੋਲ ਬਾਰੇ ਮੈਂ ਬਹੁਤ ਵਿਸ਼ੇਸ਼ ਤੌਰ ਦੇ ਉੱਤੇ ਤੁਹਾਡੇ ਨਾਲ ਡਿਸਕਸ਼ਨ ਕਰਨਾ ਚਾਹਾਂਗਾ ਕਿਉਂਕਿ ਕੋਲੈਸਟਰੋਲ ਜਿਹੜਾ ਆ ਉਹਨੂੰ ਇੱਕ ਹਊਆ ਬਣਾ ਕੇ ਸਾਡੇ ਸਮਾਜ ਵਿੱਚ ਡਰਾਇਆ ਜਾਂਦਾ ਲੋਕਾਂ ਨੂੰ, ਜਦਕਿ ਐਸਾ ਬਿਲਕੁਲ ਵੀ ਨਹੀਂ ਹੈ, ਠੀਕ ਹੈ। ਕੋਲੈਸਟਰੋਲ ਦਾ ਬਹੁਤ ਸਾਰੇ ਫਾਇਦੇ ਨੇ, ਕੋਲੈਸਟਰੋਲ ਤਾਂ ਸਾਡੇ ਸਰੀਰ ਲਈ ਜ਼ਰੂਰੀ ਹੈ, ਲੇਕਿਨ ਉਹ ਅਸੀਂ ਕਿਸੇ ਅਲੱਗ ਵੀਡੀਓ ਦੇ ਵਿੱਚ ਕਵਰ ਕਰਾਂਗੇ। ਸੋ ਦੋਸਤੋ ਬਿਮਾਰੀ ਦੇ ਸ਼ੁਰੂਆਤ ਤੋਂ ਲੈ ਕੇ ਅਤੇ ਮਰੀਜ਼ ਨੂੰ ਕਿਸ ਤਰੀਕੇ ਦੇ ਇਲਾਜ ਅਤੇ ਕਿਸ ਤਰੀਕੇ ਦੀਆਂ ਜਿਹੜੀਆਂ ਆ ਪਰਹੇਜ਼ ਅਤੇ ਖਾਣੇ, ਡਾਇਟ ਅਤੇ ਲਾਈਫ ਸਟਾਈਲ 'ਚ, ਜੀਵਨ ਸ਼ੈਲੀ 'ਚ ਬਦਲਾਵਾਂ ਦੇ ਨਾਲ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕੀਏ ਅਤੇ ਇਹਨਾਂ ਬਿਮਾਰੀਆਂ ਨੂੰ ਘਟਾ ਸਕੀਏ, ਠੀਕ ਹੈ। ਸੋ ਇਹਨਾਂ ਬਾਰੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਇੱਕ ਲੰਬੀ, ਅੱਛੀ ਲੰਬੀ ਖਾਸੀ ਚਰਚਾ ਹੋਏਗੀ। ਸੋ ਉਹ ਸਾਰੀ ਚੀਜ਼ ਨੂੰ ਅਗਰ ਤੁਸੀਂ ਸੁਣਨਾ ਚਾਹੁੰਦੇ ਆ, ਜਾਣਕਾਰੀ ਲੈਣਾ ਚਾਹੁੰਦੇ ਆ, ਤਾਂ ਤੁਹਾਨੂੰ ਮੇਰੇ ਨਾਲ ਜਿਹੜਾ ਆ ਜੁੜਿਆ ਰਹਿਣਾ ਪਏਗਾ। ਤੁਸੀਂ ਯੂਟਿਊਬ ਉੱਪਰ ਮੇਰਾ ਚੈਨਲ ਜਿਹੜਾ ਆ ਸਬਸਕ੍ਰਾਈਬ ਕਰ ਸਕਦੇ ਆ, ਤੁਸੀਂ ਫੇਸਬੁੱਕ ਦੇ ਉੱਪਰ ਮੇਰਾ ਪੇਜ ਈਰੂਡਾਈ ਨਿਊਟ੍ਰੀਸ਼ਨ ਲਾਈਕ ਕਰ ਸਕਦੇ ਆ, ਜਾਂ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਵੀ ਜਿਹੜਾ ਆ ਮੇਰਾ ਜਿਹੜਾ ਵੀ ਆਈਡੀ ਹੈ ਈਰੂਡਾਈ ਨਿਊਟ੍ਰੀਸ਼ਨ ਉਹਨੂੰ ਤੁਸੀਂ ਫੋਲੋ ਕਰ ਸਕਦੇ ਆ। ਸੋ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਇੱਥੇ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਅਵੇਅਰਨੈਸ ਜਿਹੜੀ ਆ, ਜਾਗਰੂਕਤਾ ਜਿਹੜੀ ਆ ਇਸ ਬਿਮਾਰੀ ਦੇ ਪ੍ਰਤੀ ਫੈਲਾਈਏ, ਕਿਉਂਕਿ ਬਹੁਤ ਤੇਜ਼ੀ ਨਾਲ ਅਸੀਂ ਇਸ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਾਂ। ਅਤੇ ਉਸ ਜਾਗਰੂਕਤਾ ਨੂੰ ਵਧਾਉਣ ਵਾਸਤੇ ਮੇਰਾ ਜਿਹੜਾ ਮੈਸੇਜ ਆ ਉਹ ਤਾਂ ਕਿ ਵੱਧ ਤੋਂ ਵੱਧ ਪਬਲਿਕ ਤੱਕ ਪਹੁੰਚੇ, ਉਸ ਵਾਸਤੇ ਮੈਨੂੰ ਤੁਹਾਡੀ ਬਹੁਤ ਲੋੜ ਰਹੇਗੀ, ਠੀਕ ਹੈ, ਤੁਹਾਡੇ ਸਹਿਯੋਗ ਦੀ ਬਹੁਤ ਲੋੜ ਰਹੇਗੀ। ਸੋ ਕੋਸ਼ਿਸ਼ ਕਰੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ, ਮੇਰੇ ਚੈਨਲ ਨਾਲ ਬਣੇ ਰਹੋ, ਹਾਰਟ ਡਿਜ਼ੀਜ਼ ਬਾਰੇ ਆਪਾਂ ਅੱਗੇ ਹੋਰ ਗੱਲਾਂ ਕਰਨੀਆਂ ਨੇ। ਉਦੋਂ ਤੱਕ ਵਾਸਤੇ ਤੁਸੀਂ ਰੱਖੋ ਆਪਣੀ ਸਿਹਤ ਦਾ ਖਿਆਲ। ਸਤਿ ਸ਼੍ਰੀ ਅਕਾਲ।